ਅਸੀਂ ਕੱਚਿਆਂ ਘਰਾਂ ਦੇ ਬਣੇ ਰੇ ਵੇ ਹੌਲੀ ਹੌਲੀ ਖੁਰ ਜਾਵਾਂਗੇ ਹੋ ਅਸੀਂ ਕੱਚਿਆਂ ਘਰਾਂ ਦੇ ਬਣੇ ਰੇ ਵੇ ਹੌਲੀ ਹੌਲੀ ਖੁਰ ਜਾਵਾਂਗੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਦੋਸਤ ਗਗਨ ਸਮਾਧ ਤੁਸੀਂ ਵੇਖ ਰਹੇ ਹੋ LBS ਨਿਊਜ਼ ਲੋਕ ਭਲਾਈ ਦਾ ਸੁਨੇਹਾ ਸੋ ਅਕਸਰ ਹੀ ਅਸੀਂ ਤੁਹਾਡੇ ਸਾਹਮਣੇ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਵੀਡੀਓ ਸਾਂਝੀ ਕਰ ਰਹੇ ਹਾਂ ਇੱਕ ਨੌਜਵਾਨ ਦੀ ਵੀਡੀਓ ਹੈ ਜੀ ਜੋ ਬਹੁਤ ਹੀ ਸੋਹਣਾ ਗਾਉਂਦਾ ਜਿਹੜੀ ਕਿਤੇ ਨਾ ਕਿਤੇ ਇਹਦੀ ਆਵਾਜ਼ ਆ ਉਹ ਗਰੀਬੀ ਨੇ ਜਿਹੜੀ ਦੱਬੀ ਹੋਈ ਹੈ ਸੋ ਇਹੋ ਜਿਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਸਹੀ ਇਨਸਾਨਾਂ ਤੱਕ ਜਿਹੜੇ ਇਹ ਚੀਜ਼ ਦੀ ਕੀਮਤ ਸਮਝਦੇ ਆ ਉਹਨਾਂ ਤੱਕ ਅਜਿਹੀਆਂ ਵੀਡੀਓ ਪਹੁੰਚਣ ਤਾਂ ਜੋ ਕੋਈ ਨਾ ਕੋਈ ਅਜਿਹੇ ਲੋਕਾਂ ਦੀ ਜਿਨ੍ਹਾਂ ਵਿੱਚ ਕੋਈ ਨਾ ਕੋਈ ਹੁਨਰ ਹੈ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਕਿਤੇ ਨਾ ਕਿਤੇ ਬੁਲੰਦ ਹੋ ਸਕੇ ਸੋ ਮੇਰੇ ਨਾਲ ਅੱਜ ਪਿਆਸ ਅਲੀ ਹੈ ਜੀ ਇਹਨਾਂ ਦਾ ਨਾਮ ਇਹ ਮੇਰੇ ਨਾਲ ਅੱਜ ਪਹੁੰਚੇ ਆ ਹਾਂਜੀ ਪਿਆਸ ਜੀ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ 'ਤੇ LBS ਨਿਊਜ਼ 'ਤੇ ਸਤਿ ਸ਼੍ਰੀ ਅਕਾਲ ਜੀ ਅਤੇ ਪਿਆਸ ਇਹ ਜਿਹੜਾ ਤੁਹਾਨੂੰ ਜਿਹੜਾ ਸਿੰਗਿੰਗ ਦਾ ਸ਼ੌਂਕ ਹੈ ਇਹ ਕਿੰਨੇ ਕਦੋਂ ਤੋਂ ਹੈਗਾ ਇਹ ਤੁਹਾਨੂੰ ਸ਼ੌਂਕ ਜਿਹੜਾ ਤੁਸੀਂ ਮੰਨ ਲਓ ਸਿੰਗਿੰਗ ਕਰਦੇ ਆ ਕਿੰਨੇ ਬਚਪਨ ਤੋਂ ਆ ਕਿ ਕੀ ਇਹਦਾ ਹੈਗਾ ਜੀ ਹਾਂਜੀ ਅਸੀਂ ਜਦੋਂ ਕਦੇ ਸਕੂਲ ਜਾਂਦੇ ਹੁੰਦੇ ਸੀ ਤਾਂ ਉਦੋਂ ਜਦੋਂ ਕੋਈ ਤਿਉਹਾਰ ਆਉਣਾ ਜਾਂ 15 ਅਗਸਤ ਜਾਂ 26 ਜਨਵਰੀ ਉਦੋਂ ਕੋਈ ਮਾੜਾ ਮੋਟਾ ਸੌਂਗ ਗਾ ਦਿੰਦੇ ਸੀ ਭਗਤ ਸਿੰਘ ਜੀ ਦਾ ਬਸ ਉਦੋਂ ਮੈਨੂੰ ਸ਼ੌਂਕ ਪੈ ਗਿਆ ਮਾੜਾ ਮੋਟਾ ਗਾ ਲਈਦਾ ਸਕੂਲ ਵਿੱਚ ਸਾਰੇ ਟੀਚਰ ਸੁਣਦੇ ਹੁੰਦੇ ਸੀ ਵੀ ਸ਼ੌਂਕ ਬਚਪਨ ਤੋਂ ਮੈਨੂੰ ਬਸ ਮਾੜਾ ਮੋਟਾ ਗਾ ਲਈਦਾ ਜੀ ਅਤੇ ਅੱਜ ਕੱਲ੍ਹ ਜਿਹੜਾ ਇਹ ਕਿਤੇ ਨਾ ਕਿਤੇ ਜਿਹੜਾ ਵੇਖਿਆ ਜਾਂਦਾ ਵੀ ਅੱਜ ਕੱਲ੍ਹ ਤੁਸੀਂ ਆਪਣੀ ਜਿਹੜੀ ਲਾਈਫ ਦੇ ਵਿੱਚ ਕੀ ਕੰਮ ਕੋਈ ਕਰਦੇ ਹੋ ਇਹਦੇ ਨਾਲ ਨਾਲ ਜਿਹੜਾ ਗਾਉਣ ਦੇ ਨਾਲ ਨਾਲ ਕੋਈ ਕੰਮ ਵਗੈਰਾ ਕੀ ਕਰਦੇ ਹੋ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਦੱਸੋ ਹਾਂਜੀ ਉਹ ਜਦੋਂ ਛੋਟੇ ਹੁੰਦੇ ਸੀ ਉਦੋਂ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤਾਂ ਫਿਰ ਵੱਡੇ ਵੀਰ ਸੀ ਉਹ ਵੀ ਪੜ੍ਹਦੇ ਹੁੰਦੇ ਸੀ ਅਸੀਂ ਦੋਨਾਂ ਨੇ ਫਿਰ ਮਾੜਾ ਮੋਟਾ ਕੋਈ ਕੰਮ ਧੰਦਾ ਸ਼ੁਰੂ ਕੀਤਾ ਜਾਂ ਦਿਹਾੜੀ ਜੋਤਾ ਜਾਂਦੇ ਰਹੇ ਅਤੇ ਹੁਣ ਮੈਂ ਇੱਥੇ ਹਾਤੇ 'ਤੇ ਕੰਮ ਕਰਦਾ ਜੀ ਦੁਕਾਨ ਦੇ ਉੱਪਰ ਉਹਦਾ ਟਾਈਮ ਪਾਸ ਹੋਈ ਜਾਂਦਾ ਵੱਡੇ ਵੀਰ ਦੀ ਐਕਸੀਡੈਂਟ ਨਾਲ ਲੱਤ ਟੁੱਟ ਗਈ ਸੀ ਤਿੰਨਾਂ ਥਾਵਾਂ ਤੋਂ ਬਸ ਬਹੁਤ ਔਖਾ ਗੁਜ਼ਾਰਾ ਹੋਇਆ ਜੀ ਬਸ ਰਲ ਮਿਲ ਕੇ ਦੋ ਪਰਿਵਾਰਾਂ ਨੇ ਕੀਤਾ ਦਿਹਾੜੀ ਜਾਂਦਾ ਹੁੰਦਾ ਸੀ ਮੈਂ ਜਾਂ ਹਾਥੀ ਦੇ ਢਾਬੇ ਮਾਂ ਮੇਰਾ ਸਵਾਲ ਆ ਜਿਹੜਾ ਅੱਜ ਕੱਲ੍ਹ ਤੁਹਾਡਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਉਹ ਹੁੰਦਾ ਕੰਮ ਵਗੈਰਾ ਜਿਹੜਾ ਤੁਸੀਂ ਕਰਦੇ ਹੋ ਹੁਣ ਤਾਂ ਸੀਜ਼ਨ ਵੀ ਜਿਹੜਾ ਔਫ ਹੋ ਗਿਆ ਤੁਸੀਂ ਕਹਿਣ ਵੀ ਮੈਂ ਸੀਜ਼ਨ ਦੇ ਵਿੱਚ ਜਿਹੜਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੁੰਦਾ ਉਹਦੇ ਵਿੱਚ ਢੋਲ ਵਗੈਰਾ ਵਿਆਹ ਸ਼ਾਦੀਆਂ ਜਾ ਕੇ ਅਸੀਂ ਪਲੇ ਕਰਦੇ ਹਾਂ ਤੁਸੀਂ ਉਹ ਵੀ ਹੁਣ ਸੀਜ਼ਨ ਔਫ ਹੋ ਗਿਆ ਅਤੇ ਵੀ ਹੁਣ ਘਰ ਦਾ ਜਿਹੜਾ ਗੁਜ਼ਾਰਾ ਉਹ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਸਰ ਬਸ ਉਹ ਤਾਂ ਢਾਬੇ 'ਤੇ ਲੱਗੇ ਹਾਂ ਉਹਦੇ ਕੰਮ ਧੰਦਾ ਕਰੀਦਾ ਬਾਕੀ ਜਿਹੜੀ ਜਗ੍ਹਾ ਜਿੱਥੇ ਅਸੀਂ ਬੈਠੇ ਹਾਂ ਸਭ ਆ ਬਸ ਕਿਸੇ ਆਪਣੀ ਨਹੀਂ ਜਗ੍ਹਾ ਆਪਣੀ ਅਤੇ ਇਹ ਜਦੋਂ ਤੰਬੂ 'ਚ ਆਉਣ ਲੱਗ ਪੈਂਦੇ ਜਦੋਂ ਮੀਂਹ ਮੂੰਹ ਪੈਂਦਾ ਅਤੇ ਬਸ ਔਖਾ ਘਰ ਦਾ ਗੁਜ਼ਾਰਾ ਹੈ ਵੀ ਥਾਂ ਦਾ ਨਹੀਂ ਪਤਾ ਵੀ ਕਦੋਂ ਕੋਈ ਸਾਨੂੰ ਆ ਕੇ ਵੀ ਇੱਥੋਂ ਉੱਠ ਖੜੋ ਬਸ ਫਿਰ ਤਾਂ ਮੁਸ਼ਕਿਲ ਹੀ ਹੈ ਬਸ ਕੰਮ ਧੰਦਾ ਕਰਕੇ ਆਪਦਾ ਟਾਈਮ ਪਾਸ ਕਰੀਦਾ ਜੀ ਅੱਛਾ ਤੋ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਆ ਕੋਈ ਹੋਰ ਸੌਂਗ ਕੋਈ ਉਹਨਾਂ ਵਾਸਤੇ ਸਪੈਸ਼ਲ ਕੋਈ ਸੌਂਗ ਤੁਸੀਂ ਸੁਣਾ ਲਓ ਇੱਕ ਅੱਧਾ ਜੀ ਠੀਕ ਹੈ ਜੀ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਉਹ ਅੰਮੀ ਮੇਰੀ ਹਾਂ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਉਹ ਅੰਮੀ ਮੇਰੀ ਹਾਂ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਜੋ ਵਕਤ ਤੋਂ ਪਹਿਲਾਂ ਮਾਰਿਆ ਮੈਂ ਸੁਣਿਆ ਬਣਦੇ ਤਾਰਿਆਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਜੋ ਵਕਤ ਤੋਂ ਪਹਿਲਾਂ ਮਾਰਿਆ ਮੈਂ ਸੁਣਿਆ ਬਣਦੇ ਤਾਰਿਆਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਤੇਰਿਆਂ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ ਸ਼ੌਲ ਤੇਰੀ ਬੁੱਕਲ ਦਾ ਓੜਨਾ ਏ ਮੈਂ
ओ यम्मी मेरी, हाँ यम्मी मेरी, तू दस केड़ा तारा तेनू तोड़ना है। मैं कदे ऑडिशन वगैरह देन नहीं गए, कदे कोई मौका मिलया नहीं इस तरह का? अपने सर की करिए भी, जी तो बड़ा मन चाहिए भी असं भी उत्ते जाके ऑडिशन देिए, पर की करिए जो घर के हालात है, गरीबी है, मगरों टाइम पास नहीं हुंदा, घर का गुजारा औखा बहुत हुंदा है। साडा बहुत दिल करता भी असं उत्ते जाके ऑडिशन देिए, सो गरीबी मार दी है जी। नहीं कितना ना कितने भी देखा जाए तो अक्सर यही देखने को मिलता है भी जदों कोई बंदा जिहड़ा स्ट्रगल करता है, वह जिदा भी आप कह दिए भी कोई बंदा स्ट्रगल जिहड़ा करता है तो होर भी किसी बंदे का हाथ जिहड़ा उहदे पिछे हुंदा, बंदे पिछे कोई इंसान, तैनू अज तक कोई मन के चलो जिंदगी च इदां दा इंसान नहीं मिलिया भी किसी ने कहा होवे मैं तेरी मदद करदा, तू जाके उत्ते ऑडिशन दे के आ, जां तू थोड़ा बहुत अपना जिहड़ा टैलेंट तू गाउणा है इस नूं होर अगे लैके जा, किते कोई इदां दा कोई तैनूं इंसान अज तक मिलिया नहीं कोई? बाकी जी इंसान तां हुण मतलब कोई नहीं मिलिया, मतलब सारे गल्लां वाली है, जो आखण वाले आ भी ले आवांगे जां उह करांगे जो करांगे, पर जो घर दा गुजारा उह बहुत मुश्किल हुंदा है, इस करके भी कोई इंसान नहीं मतलब मिलिया। तो जो गाउण के नाल नाल है तुहानू होर किसी चीज़ का शौक? कोई शौक होर जी मतलब ढोल बजा लईदा, ब्याह शादियों से जावड़ी का अपना प्रोग्राम लाई दे, एक अद्धा बस जो टावा टला, बाकी बस टाइम पास ही करी दे जी, मेन गल है जी। अच्छा जे मन के चलो कितने ना कितने थोड़ी कोई बंदा कोई सिंगर कोई इदा थोड़ी कोई हैल्प करता तो तुम अपने वालों जोड़ा बेस्ट देन की वो कोशिश करोगे भी लोगों जोड़ा थोड़े अंदर जी खूबी है जो टैलेंट है उन्होंने होर निखारन वास्ते मेहनत जारी रखोगे? हाँ जी फिर मेहनत ना ही सब कुछ है, फिर जो कोई हीरा तराशन वाला मिल जाए तो हीरा वह मुल जान दा सुनहरा, हाँ मतलब अपनी रियाज होने लग जूगी, फिर बेस्ट गाने लग जाएंगे, इधर भी वधिया होर गाने लग जाएंगे, उन्होंने उस्ताद मनांगे, उन्हों का जो कदे भी नहीं भुलांगे जो एहसान साडे ते कीता होगा। तो इदों पहला जिहड़ा तुसीं सिंगिंग करते हो इदों पहला भी तुसीं किस तों सिख्या नहीं अज तक, कोई तुहानूं कि उस्ताद थोड़ा कोई होवे किस तों तुसीं म्यूजिक दी जिहड़ी नॉलेज लई होवे कि तों सिख्या हैगा तुसीं अज तक? जी मतलब सिख्या तो किस तरह साडे फादर साहब वो बैंड प्ले करते होंदे सी, पहलां बैंड का काम करते, उन्होंने बस माड़ा मोटा ढोल ढूल बजा लीदा जा गा लीदा सी, उदों तो जदों तो उन्होंने डैथ हो गई बस फिर तो काम धंधी पै गई जी, फिर नहीं गई तो सीखा गया। फिर तुम सा दर्शकों लिए एक गाना जो उन्होंने जरूर सुनना चाहवागे थोड़े तो असं साथ गैरां दा तू हस हस मानी वे सानू इन्ने भी पराए ता ना जानी वे, साथ गैरां दा तू हस हस मानी वे सानू इन्ने भी पराए ता ना जानी वे, साडा की है असी टिप टिप करके की है असी टिप टिप करके वे हंजुआं च रुड़ जावांगे, असी कच्चियां घरां दे बनेरे वे हौली हौली खुर जावांगे, हो असी कच्चियां घरां दे बनेरे वे हौली हौली खुर जावांगे, सानू बड़ा सी तेरे ते बल मानी वे तेरे नाल ही सी वसदा जहान वे, सानू बड़ा सी तेरे ते बल मान वे तेरे नाल ही सी वसदा जहान वे, भावें बोली ना घुमा के मुख तेरिया दरां चों असी मुड़ जावांगे, असी कच्चियां घरां दे बनेरे वे हौली हौली खुर जावांगे, हो असी कच्चियां घरां दे बनेरे वे हौली हौली खुर जावांगे। ओ थैंक यू सर। सो वाह जी क्या बात है, बहुत सोहनी जिहड़ी इन्हां दी आवाज़ है। सो असी इहोजिहियां वीडियोआं तुहाडे सामने लैके आउंदे रहांगे, तुसीं साडे चैनल नूं लाइक करो एंड चैनल नूं सबसक्राइब करो जी, तुसीं वेखदे रहो LBS न्यूज़ लोक भलाई दा सुनेहा, ते मैं तुहाडा अपना दोस्त गगन समाद ते नाल कैमरामैन खवाश अली।